ਪਹਿਲਾਂ ਤੇ ਹੈ ਜੀ ਕਿ ਆਦਮੀ ਜੋ ਸਾਰੇ ਦੇ ਸਾਰੇ ਕਟਹਿਰੇ ਚ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਜੇ ਬਾਦਲ ਸਾਹਿਬ ਦੁਖੀ ਦੇ ਨਾਲ ਦੇ ਵੀ ਓਦਾਂ ਦੇ ਹੀ, ਉਹ ਵੀ ਤੇ ਮਤਲਬ ਵੀ ਉਹਨਾਂ ਦੇ ਨਾਲ ਹੀ ਹੈ ਨਾ ਜੀ ਖੁਸ਼ੀ, ਤੇ ਆਪੇ ਹੀ ਫੈਸਲੇ ਨਾਲ ਜਿਹੜਾ ਬੰਦਾ ਕਟਹਿਰੇ ਚ ਹੈ ਸ੍ਰੀ ਅਕਾਲ ਤਖ਼ਤ ਤੇ ਉਹ ਆਪਣੇ ਆਪ ਹੀ ਅਕਾਲੀ ਦਲ ਦੀ ਪ੍ਰਧਾਨਗੀਆਂ ਦੇ ਫੈਸਲੇ ਕਰਨ ਡਿਆ ਹੈ, ਤੇ ਮੈਂ ਸਮਝਦੀ ਹਾਂ ਕਿ ਇਹ ਤੇ ਬਿਲਕੁਲ ਇਹਨਾਂ ਨੇ ਸਿਧਾਂਤਾਂ ਦੇ ਉਲਟ ਕਰ ਦਿੱਤਾ। ਪਹਿਲਾਂ ਹੁਣ ਕਿਹੜੀ ਇੱਥੇ ਕੋਈ ਇਹਨੂੰ ਪਈ ਸੀ ਵਕਤ ਪਿਆ ਸੀਗਾ, ਤੇ ਦੂਜੀ ਗੱਲ ਹੈਗੀ ਹੈ ਕਿ ਉਹ ਵੀ ਫੇਲ ਹੀ ਹੈ, ਉਹ ਕਿਹੜਾ ਜੀ ਇੱਥੇ ਬਹੁਤ ਐਫੀਸ਼ੀਐਂਟ ਪ੍ਰਧਾਨ ਲਾਤਾ ਚੁੱਕ ਕੇ, ਜਿਹਨਾਂ ਅਕਾਲੀ ਦਲ ਮੁੜ ਕੇ ਖੜਾ ਹੋ ਜਾਏਗਾ ਉਹ ਬਰਾਬਰ ਦਾ ਹੀ ਦੋਸ਼ੀ ਹੈ, ਲਾਉਣ ਵਾਲਾ ਵੀ ਦੋਸ਼ੀ ਹੈ ਤੇ ਲੱਗਣ ਵਾਲਾ ਵੀ ਦੋਸ਼ੀ। ਅਜਗੀਰ ਕੋਲ ਤੁਹਾਨੂੰ ਇਸ ਦੇ ਪਿੱਛੇ ਕੀ ਆਖਿਰਕਾਰ ਕੀ ਪਿਕਚਰ ਨਜ਼ਰ ਆਉਂਦੀ ਹੈ, ਕਿਉਂਕਿ ਜੇਕਰ ਟਾਈਮਿੰਗ ਦੀ ਗੱਲ ਕੀਤੀ ਜਾਵੇ ਤਾਂ ਸਵਾਲ ਸੁਣ ਲਓ ਪੂਰਾ, ਟਾਈਮਿੰਗ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਕੱਲ ਹੀ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਣ ਜਾ ਰਹੀ ਹੈ, ਉਸ ਤੋਂ ਪਹਿਲਾਂ ਇਹ ਫੈਸਲਾ ਲੈਣਾ ਬਲਵਿੰਦਰ ਸਿੰਘ ਭੁੰਨਰ ਨੂੰ ਕਾਰਜਕਾਰੀ ਪ੍ਰਧਾਨ ਲਗਾਉਣਾ, ਰਹਿੰਦਾ ਵੀ ਅਕਾਲੀ ਦਲ ਖਤਮ ਹੋ ਜਾਏਗਾ ਬਸ ਨਹੀਂ ਇਸ ਫੈਸਲੇ ਦੇ ਨਾਲ, ਇਸ ਫੈਸਲੇ ਨਾਲ ਜਿਹੜੇ ਕੋਈ ਦੋ ਚਾਰ ਨਾਲ ਹੋਣਗੇ ਉਹ ਵੀ ਸਮਝੋ ਖਤਮ ਹੋ ਜਾਣਗੇ। ਸਾਰਾ ਕੁਛ ਦੇ ਰਹੇ ਹੈ ਇਹਦਾ ਮਤਲਬ ਇਹਨਾਂ ਕੋਲ ਲੀਡਰ ਹੀ ਕੋਈ ਨੀ, ਉਹੀ ਦੋ ਤਿੰਨ ਜਿਹੜੇ ਦੋਸ਼ੀ ਆਪ ਬਣੇ ਹੋਏ ਆ ਸਾਰੇ ਉਹਨਾਂ ਦੋਸ਼ੀਆਂ ਨੂੰ ਵੰਡੀ ਜਾਂਦੇ। ਸਾਡੇ ਨਾਲ ਬੀਬੀ ਜਗੀਰ ਕੌਰ ਜੀ ਹੁਣੇ ਵਿਰਸਾ ਸਿੰਘ ਵਲਟੋਆ ਜੁੜੇ ਸਨ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਉਹਨਾਂ ਨੇ ਕਿਹਾ ਜੋ ਪ੍ਰਧਾਨ ਦੀਆਂ ਤਾਕਤਾਂ ਨੇ ਜੋ ਸਾਰੇ ਕੰਮ ਦੇਖਣੇ ਉਹ ਬਲਵਿੰਦਰ ਸਿੰਘ ਭੁੰਦਰ ਦੇਖਣਗੇ, ਨਾਲ ਉਹਨੇ ਇਹ ਵੀ ਕਿਹਾ ਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਕੱਲ੍ਹ ਬੁਲਾਉਂਦਾ ਤਾਂ ਉਹ ਇੱਕ ਨਿਮਾਣੇ ਸਿੱਖ ਵਾਂਗੂ ਸਿੱਖ ਵਜੋਂ ਉੱਥੇ ਪੇਸ਼ ਹੋਣਾ ਚਾਹੁੰਦੇ ਨੇ, ਇਸ ਕਰਕੇ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੂੰ ਲਗਾ ਦਿੱਤਾ। ਨਹੀਂ ਉਹਨਾਂ ਨੇ ਕਿਹਾ ਕਿ ਜੇ ਬੁਲਾਉਂਦੇ ਨੇ ਉੱਥੇ ਜੇ ਬੁਲਾਇਆ ਜਾਂਦਾ ਉਹਨਾਂ ਦਾ ਪੱਖ ਸੁਣਨ ਦੇ ਲਈ, ਚਲੋ ਨਿਮਾਣੇ ਸਿੱਖ ਬਣ ਕੇ ਜਾਣਾ ਚਾਹੀਦਾ ਮੈਂ ਕਿਉਂ ਕਹਾਂ, ਪਰ ਮੈਂ ਸਮਝਦੀ ਹਾਂ ਕਿ ਇਹਦੇ ਨਾਲ ਜਿਹੜਾ ਰਹਿੰਦਾ ਵੀ ਪਾਰਟੀ ਦਾ ਕੋਈ ਮਾੜਾ ਮੋਟਾ ਹੋਏਗਾ ਵੀ ਖਤਮ ਹੋ ਜਾਏਗਾ ਬਸ। ਤੇ ਤੁਹਾਨੂੰ ਕੀ ਲੱਗਦਾ ਫਿਰ ਕੀ ਫੈਸਲਾ ਹੋਣਾ, ਕੀ ਚਾਹੀਦਾ ਹੈ, ਕੀ ਕਦਮ ਹੋਣਾ ਚਾਹੀਦਾ ਸੀ ਇਸ ਤੋਂ ਇਲਾਵਾ? ਚਲੋ ਮੈਨੂੰ ਕੀ ਲੋੜ ਜੀ ਨੂੰ ਸੁਝਾਅ ਦੇਣ ਦੀ, ਨਹੀਂ ਫਿਰ ਵੀ ਤੁਸੀਂ ਬਹੁਤ ਬਹੁਤ ਸੀਨੀਅਰ ਸਿਆਸਤਦਾਨ ਹੋ, ਬਹੁਤ ਸੀਨੀਅਰ ਆਗੂ ਅਕਾਲੀ ਦਲ ਦੇ, ਤੁਸੀਂ ਸੁਝਾਅ ਦੇ ਸਕਦੇ ਹੋ ਸਾਰੇ ਡੈਲੀਗੇਟਸ ਬੁਲਾ ਲੈਂਦੇ ਜੇ ਇੰਨੀ ਇੱਕ ਦਿਨ ਪਹਿਲਾਂ ਐਮਰਜੈਂਸੀ ਵੀ ਪੈ ਗਈ ਸੀ, ਪਹਿਲਾਂ ਕੀ ਕਰਦੇ ਸੀ ਇੰਨੇ ਦਿਨ। ਕਾਰਜਕਾਰੀ ਪ੍ਰਧਾਨ ਹੈ ਕਿਉਂ ਪੂਰਨ ਤੌਰ ਤੇ ਪ੍ਰਧਾਨ ਕਿਉਂ ਨਹੀਂ ਲਗਾਇਆ? ਮੈਂ ਤੇ ਕਹਿੰਦੀ ਜੀ ਭਾਵੇਂ ਉਹ ਕਾਰਜਕਾਰੀ ਲਾਉਣ ਭਾਵੇਂ ਪੂਰਨ ਲਾ ਦੇਣ, ਸ਼੍ਰੋਮਣੀ ਅਕਾਲੀ ਦਲ ਨਹੀਂ ਇਹਨਾਂ ਨੂੰ ਹੁਣ ਉਸ ਸਕਦਾ ਜਿੱਦਾਂ ਇਹਨਾਂ ਨੇ ਜਿਸ ਥਾਂ ਦੇ ਉੱਤੇ ਭੇਜ ਦਿੱਤਾ ਉਹਨੂੰ। ਨਹੀਂ ਪਰ ਤੁਹਾਡੀ ਤਾਂ ਤੁਹਾਡਾ ਸਟੈਂਡ ਉਹੀ, ਤੁਹਾਡੀ ਡਿਮਾਂਡ ਉਹੀ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇਣ? ਸਾਡੀ ਤੇ ਹੈਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੁੜ ਕੇ ਰਿਵਾਈਵ ਕੀਤਾ ਜਾਵੇ ਚੰਗੀ ਢੰਗ ਦੇ ਨਾਲ, ਅਸੀਂ ਹੁਣ ਕੀ ਕਰਨਾ ਜੀ ਸਾਨੂੰ ਤੇ ਉਹਨਾਂ ਨੇ ਨਹੀਂ, ਫਿਰ ਜੇ ਸੁਖਬੀਰ ਸਿੰਘ ਬਾਦਲ ਇਲਾਵਾ ਹੋਰ ਕੋਈ ਬਣ ਜਾਂਦਾ ਪ੍ਰਧਾਨ ਉਹ ਵੀ ਮਨਜ਼ੂਰ ਨਹੀਂ ਹੋਵੇਗਾ? ਅਸੀਂ ਤੇ ਸੁਧਾਰ ਕਰ ਰਹੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦਾ, ਆਪੇ ਸੁਧਾਰ ਕਰਾਂਗੇ, ਲੋਕ ਫਿਰ ਆਪੇ ਚੁਣ ਲੈਣਗੇ। ਠੀਕ ਹੈ ਬੀਬੀ ਜੀ ਕੁਝ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਤਾਂ ਬਾਗੀ ਧੜੇ ਦੇ ਵੱਲ ਹਾਲੇ ਵੀ ਸਿੱਧੇ ਤੌਰ ਤੇ ਸਵਾਲ ਖੜੇ ਕੀਤੇ ਜਾ ਰਹੇ ਬੀਬੀ ਜਗੀਰ ਕੌਰ ਨੇ, ਇੱਥੋਂ ਤੱਕ ਕਹਿ ਦਿੱਤਾ ਜਿਹੜਾ ਇਹ ਫੈਸਲਾ ਲਿਆ ਇਸ ਦੇ ਨਾਲ ਥੋੜ੍ਹੀ ਬਹੁਤ ਜਿਹੜੀ ਪਾਰਟੀ ਬਚੀ ਆ ਉਹ ਵੀ ਖਤਮ ਹੋ ਜਾਵੇਗੀ, ਜਿਹੜੇ ਕੁਝ ਲੋਕ ਨਾਲ ਨੇ ਉਹ ਵੀ ਚਲੇ ਜਾਣਗੇ।